बटाला च बीती रात पैदल जा रहे एक सरकारी पनवस ड्राइवर से लुट की नीयत नाल तीन मोटरसाइकिल सवार नौजवानों ने किरचा नाल वार किया। उत्थे ही ड्राइवर ने एक नौजवान नूं खोह करदे जद काबू किया तां उन्हां वल्लों उस ते किरचा नाल हमला कर दिता अते महज 700 रुपए की खोह कर फरार हो गए। उत्थे ही जख्मी हालत च ड्राइवर इंसाफ की मांग कर रहा है। बीती रात करीब 8 बजे की घटना है बटाला डेरा बाबा नानक रोड से, जिथे शमशेर सिंह ना दा बस ड्राइवर अपनी ड्यूटी खत्म कर रात की रोटी खाने लिए पैदल जा रहा सी। अचानक पल्सर मोटरसाइकिल से सवार तीन नौजवानों ने शमशेर सिंह नूं रोकिया, उस तो जबरदस्ती जेब चों पैसे अते मोबाइल फोन खोह करन लगे। तां जद शमशेर सिंह वल्लों विरोध किया, उक्त नौजवानों वल्लों किरचा नाल हमला कर दिता गया। उत्थे ही शमशेर सिंह ने दस्या वह उस्तरे अते किरचा नाल वार कर बुरी तरह जख्मी कर फरार हो गए। उत्थे ही वह इंसाफ की मांग कर रहा। उक्त हस्पताल बटाला दी मैडम ड्यूटी अफसर डॉक्टर समिति ने दस्या कि बांह ते तेज तार हथियारां नाल जख्मी किया गया, उन्हां वल्लों इलाज किया जा रहा है। आओ देखते हाँ RT न्यूज़ की विशेष रिपोर्ट। शमशेर सिंह जी, की काम करते हो? मैं पन बस में आउटसोर्सिंग राही ड्राइवर भर्ती है जी बटाला डिपो। की होया तुहाडे नाल? ਇਹ ਭਾਅ ਜੀ, ਰਾਤ ਮੈਂ ਉਹਦੀ ਡਿਊਟੀ ਔਫ ਕਰਕੇ ਅਤੇ ਰੋਟੀ ਖਾਣ ਲਈ ਜਾ ਰਿਹਾ ਸੀ ਅਤੇ ਤਿੰਨ ਜਣੇ ਆਏ ਮੋਟਰਸਾਈਕਲ 'ਤੇ ਅਤੇ ਉਹਨਾਂ ਨੇ ਮੇਰੇ ਤੋਂ ਪੈਸੇ 500-700 ਰੁਪਈਆ ਅਸੀਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਮੇਰੇ ਨਾਲ ਘੁਲ ਪਏ। ਇੱਕ ਜਣੇ ਨੂੰ ਮੈਂ ਫੜਨ ਦੀ ਵੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਫਿਰ ਕਿਰਚ ਮਾਰੀ ਜੀ ਮੇਰੇ ਬਾਂਹ 'ਤੇ, 2 ਵਾਰ ਕੀਤੇ ਬਾਂਹ 'ਤੇ, 2 ਟੰਕੇ ਆ ਜੀ। ਕਿੰਨੇ ਜਣੇ ਉਹ ਕਰਦੇ ਸੀਗੇ? 3 ਜਣੇ ਸੀ ਜੀ, ਪਲਸਰ ਮੋਟਰਸਾਈਕਲ 'ਤੇ ਸੀ। ਕਿਹੜੀ ਜਗ੍ਹਾ ਦਾ ਬੱਸ ਆ? ਆ ਇੱਥੋਂ ਡੀਪੂ ਤੋਂ ਬਾਹਰਲੇ ਪਾਸੇ, ਇੱਧਰ ਡੇਰਾ ਰੋਡ 'ਤੇ ਜੀ। ਕਿੰਨੇ ਵਜੇ ਸਮਾਂ? ਇਹ 8:30 ਦਾ ਸਮਾਂ ਸੀਗਾ ਜੀ। ਕੰਪਲੇਂਟ ਵਗੈਰਾ ਕੀਤੀ ਕੋਈ? ਕੰਪਲੇਂਟ ਜੀ ਮੈਂ ਇਕੱਲਾ ਸੀ ਉੱਥੇ, ਫਿਰ ਕੋਈ ਹੈ ਨਹੀਂ ਸੀ ਨਾਲ। ਮੈਨੂੰ ਕਿਹੜਾ ਬਲੱਡ ਬੰਦ ਕਰਨ ਦੀ ਖਾਤਰ ਫਿਰ ਮੈਂ ਡਾਕਟਰ ਕੋਲ ਪਹਿਲਾਂ ਗਿਆ ਅਤੇ ਡਾਕਟਰ ਤੋਂ ਪੱਟੀ ਪੱਟੀ ਕਰਾਈ, ਟਾਂਕਾ ਲਵਾਇਆ ਅਤੇ ਬਲੱਡ ਬਹੁਤ ਜ਼ਿਆਦਾ ਨਿਕਲ ਰਿਹਾ ਸੀ, ਫਿਰ ਮੈਂ ਆ ਗਿਆ ਇੱਥੇ ਵਾਪਸ। ਤੁਹਾਡੇ ਕਿਰਚਾ ਮਾਰੀਆਂ? ਹਾਂਜੀ ਹਾਂਜੀ, ਇੱਕ ਕਿਰਚ ਸੀ, ਇੱਕ ਉਹਨਾਂ ਕੋਲ ਜਿਹੜਾ ਆਪਣੇ ਸ਼ੇਵਿੰਗ ਵਾਲਾ ਉਸਤਰਾ ਹੁੰਦਾ ਬਲੇਡ, ਉਹ ਸੀ ਉਹਨਾਂ ਕੋਲ ਜੀ। ਕੀ ਕਹਿਣਾ ਚਾਹੁੰਦੇ ਪੁਲਿਸ ਪ੍ਰਸ਼ਾਸਨ? ਇਹ ਜੀ ਵੀ ਰਾਤ ਨੂੰ ਮੰਨ ਲਾ ਇੱਥੇ ਕੋਈ ਗੇੜਾ ਮਾਰਨ, ਉੱਥੇ ਜਿੱਥੇ ਹਨੇਰਾ ਹੁੰਦਾ ਜੀ ਜਦੋਂ ਅਸੀਂ ਜਾਂਦੇ ਹਾਂ, ਇੱਥੇ ਡੀਪੂ 'ਚ ਸਾਡੇ ਕੋਲ ਰਹਿਣ ਦਾ ਪ੍ਰਬੰਧ ਨਹੀਂ ਗਾ, ਅਸੀਂ ਬਾਹਰ ਕਿਤੇ ਕਮਰਿਆਂ 'ਚ ਰਹਿੰਦੇ ਹਾਂ ਜੀ ਕਦੇ ਕਿਤੇ ਵੀ ਇਹੀ ਆ ਵੀ ਸਾਡਾ ਚਾਹੇ ਪ੍ਰਬੰਧ ਕੀਤਾ ਜਾਵੇ ਰਹਿਣ ਦਾ ਜੀ ਕਿਤੇ। ਮਤਲਬ ਡੀਪੂ ਦੇ ਅੰਦਰ ਹੀ ਪ੍ਰਬੰਧ ਕੀਤਾ ਜਾਵੇ? ਹਾਂ, ਡੀਪੂ ਦੇ ਅੰਦਰ ਪ੍ਰਬੰਧ ਕੀਤਾ ਜਾਵੇ, ਨਹੀਂ ਸਾਨੂੰ ਸਾਡੇ ਜ਼ਿਲ੍ਹੇ 'ਚ ਭੇਜ ਦੇਣ ਜੀ। ਇਹੀ ਆ ਸਾਡੇ ਜ਼ਿਲ੍ਹੇ 'ਚ ਭੇਜ ਦੇਣ ਜਿਵੇਂ। ਕਿੱਥੋਂ ਦੇ ਤੁਸੀਂ ਹੈਗੇ? ਅਸੀਂ ਮੇਰਾ ਮੋਗਾ ਜ਼ਿਲ੍ਹਾ ਜੀ, ਬਾਘਾ ਪੁਰਾਣਾ ਪਿੰਡ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਕਿਹੜੇ ਬੰਦੇ? ਹਾਂ, ਸਾਨੂੰ ਇੱਧਰ ਦਾ ਭੇਤ ਹੀ ਨਹੀਂ ਹੈਗਾ ਜੀ ਬਿਲਕੁਲ ਵੀ, ਜਾਂ ਬੰਦਿਆਂ ਬਾਰੇ ਜਾਂ ਕੋਈ, ਸਾਨੂੰ ਭੇਤ ਨਹੀਂ ਹੈਗਾ ਜੀ ਇੱਧਰ ਦਾ। ਮੇਰਾ ਨਾਂ ਜੀ ਪ੍ਰਦੀਪ ਕੁਮਾਰ ਸ਼ਰਮਾ, ਪੰਜਾਬ ਰੋਡਵੇਜ ਪਨ ਬੱਸ PRTC ਕੰਟਰੈਕਟ ਵਰਕਰ ਯੂਨੀਅਨ ਦਾ ਮੈਂ ਸੂਬਾ ਮੀਤ ਪ੍ਰਧਾਨ ਹਾਂ। ਕੀ ਹੋਇਆ ਤੁਹਾਡੇ ਬੰਦੇ ਨਾਲ? ਇਹ ਸਰ, ਮੈਂ ਤਾਂ ਚੰਡੀਗੜ੍ਹ ਤੋਂ ਡਿਊਟੀ ਤੋਂ ਆ ਰਿਹਾ ਸੀਗਾ ਅਤੇ ਮੈਨੂੰ ਇਹ ਮੁੰਡਾ ਸ਼ਮਸ਼ੇਰ ਸਿੰਘ P102 ਨੰਬਰ ਹੈ, ਆਊਟਸੋਰਸ ਕੰਪਨੀ ਰਾਹੀਂ ਭਰਤੀ ਹੋਇਆ ਸਾਡੇ ਪੰਜਾਬ ਰੋਡ ਪਨ ਬੱਸ ਬਟਾਲੇ 'ਚ, ਅਤੇ ਇਹ 25 ਮੁੰਡੇ ਆਏ ਆ ਜੀ। ਸਾਰੇ ਮੁੰਡੇ ਜਿਹੜੇ ਨੇ ਕੋਈ ਮੁਕਤਸਰ ਆ, ਕੋਈ ਮੋਗੇ ਦਾ, ਕੋਈ ਫਿਰੋਜ਼ਪੁਰ ਦਾ, ਬਾਹਰਲੇ ਜ਼ਿਲ੍ਹਿਆਂ ਤੋਂ ਮੁੰਡੇ ਨੇ ਸਾਰੇ ਇਹ, ਔਰ ਇਹਨਾਂ ਦਾ ਇੱਥੇ ਸਾਡੇ ਡੀਪੂ ਦੇ ਵਿੱਚ 9000 ਰੁਪਏ ਇਹਨਾਂ ਦੀ ਤਨਖਾਹ ਵਾ, ਨਾ ਇਹਨਾਂ ਨੂੰ ਕੋਈ ਸੌਣ ਨੂੰ, ਨਾ ਕੋਈ ਰੈਸਟ ਰੂਮ। ਇਹ ਪੰਜਾਬ ਪੱਧਰ 'ਤੇ ਕੰਮ ਚੱਲ ਰਿਹਾ ਜੀ, ਕਿਤੇ ਕੋਈ ਰੈਸਟ ਰੂਮ ਨਹੀਂ ਹੈਗਾ ਸਾਡੇ ਬੰਦਿਆਂ ਨੂੰ। ਇਹ ਵਿਚਾਰੇ ਇੱਥੇ ਆਏ ਨੇ, ਖੱਜਲ ਖੁੱਜਲ ਹੋ ਕੇ ਡਿਊਟੀ ਇਹਨੇ ਕੀਤੀ ਫਤਿਹਗੜ੍ਹ ਤੋਂ, ਫਤਿਹਗੜ੍ਹ ਚੰਡੀਗੜ੍ਹ ਆਇਆ ਅਤੇ ਰੋਟੀ ਖਾਣ ਬਾਹਰ ਗਿਆ ਅਤੇ ਇਹਨੂੰ 3 ਮੁੰਡੇ ਪੈ ਗਏ ਆ, ਪਰਸਲ ਮੋਟਰਸਾਈਕਲ 'ਤੇ ਸੀ ਜਿਨ੍ਹਾਂ ਨੇ ਨੰਬਰ ਪਲੇਟ 'ਤੇ ਵੀ ਮਿੱਟੀ ਲਾਈ ਸੀ, ਇਹਦੇ ਕੋਲ 500-400 ਰੁਪਈਆ ਹੀ ਖੋਣ ਪਏ। ਇਹਨੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਢਾਲਿਆ, ਜਦੋਂ ਢਾਲਿਆ ਅਤੇ ਉਹਨੂੰ ਛਡਾਉਣ ਦੇ ਚੱਕਰ 'ਚ ਉਹਨਾਂ ਨੇ ਕਿਰਚਾਂ ਮਾਰੀਆਂ। ਹਾਲਾਂਕਿ ਉਹ ਡੇਰੇ ਜਿਹੜਾ ਪੋਲ ਆ ਡੇਰੇ ਰੋਡ ਦੇ, ਉਹਦੇ ਥੱਲੇ ਦੀ ਗੱਲ ਆ ਇਹ ਵਾਕਿਆ, ਤਾਂ ਆਮ ਪਬਲਿਕ ਉੱਥੇ ਜਿਹੜੀ ਆ ਮਤਲਬ ਵੀ ਬਹੁਤ ਜ਼ਿਆਦਾ ਪਬਲਿਕ ਹੁੰਦੀ ਹੈ, ਪਰ ਕੋਈ ਵੀ ਕਿਸੇ ਬੰਦੇ ਨੇ ਇਹਨੂੰ ਨਹੀਂ ਛਡਾਇਆ। ਕਿੰਨੇ ਵਜੇ ਘਟਨਾ ਸੀ ਇਹ ਜੀ? ਤਕਰੀਬਨ ਮੇਰੇ ਖਿਆਲ ਦੇ ਵਿੱਚ 7:30 ਵਜੇ 7:45 ਦੀ ਗੱਲ ਹੋਊ। ਇਹ ਰੋਟੀ ਖਾਣ ਗਏ ਸੀ? ਰੋਟੀ ਖਾਣ ਗਿਆ ਜੀ ਮੁੰਡਾ ਵਿਚਾਰਾ। ਕੰਪਲੇਂਟ ਵਗੈਰਾ ਕੀਤੀ ਜੀ? ਕੰਪਲੇਂਟ ਸਰ ਮੈਂ ਰਾਜ ਜਨਰਲ ਮੈਨੇਜਰ ਸਾਹਿਬ ਨੂੰ ਫੋਨ ਕਰਤਾ ਸੀ, ਉਹ ਕਹਿੰਦੇ ਵੀ ਤੁਸੀਂ ਪਹਿਲਾਂ ਉਹਦਾ ਮਾੜਾ ਮੋਟਾ ਇਲਾਜ ਕਰਾਓ ਮੁੰਡੇ ਦਾ, ਸਵੇਰੇ ਆ ਕੇ ਅਤੇ ਅਸੀਂ ਕਾਰਵਾਈ ਜਿਹੜੀ ਉਹ ਕਰਾਵਾਂਗੇ, ਪਰ ਅੱਜ ਐਤਵਾਰ ਆ ਅਤੇ ਮੈਨੂੰ ਲੱਗਦਾ ਵੀ ਸਾਨੂੰ ਆਪ ਹੀ ਜਾਣਾ ਪੈਣਾ, ਅਸੀਂ ਦਰਖਾਸਤ ਦਿੰਦੇ ਹਾਂ। ਤੁਸੀਂ ਕੰਪਲੇਂਟ ਕਰਾਈ ਨਹੀਂ ਅਜੇ ਤੱਕ? ਸ਼੍ਰੀਮਾਨ ਜੀ ਅਸੀਂ ਸਾਰੇ ਘਰ ਸੀਗੇ, ਹੁਣ ਅਸੀਂ ਆਏ ਹਾਂ, ਕੁਝ ਮੁੰਡੇ ਰਾਤ ਆਏ ਸੀ ਇਹਦੇ ਕੋਲ, ਇਹਨੂੰ ਘਰ ਲੈ ਗਏ ਅਤੇ ਉੱਥੇ ਇਹਨੂੰ ਰੋਟੀ ਪਾਣੀ ਖਵਾਇਆ ਵਿਚਾਰੇ ਨੂੰ, ਹੁਣ ਅਸੀਂ ਲੈ ਕੇ ਦੇਣੀ ਦਰਖਾਸਤ ਦਿੰਦੇ ਹਾਂ ਜੀ। ਜਦ ਕੀ ਕਹਿਣਾ ਚਾਹੁੰਦੇ ਬਾਹਰਲੇ ਸਟੇਟਾਂ ਜ਼ਿਲ੍ਹਿਆਂ 'ਚ ਆਣ ਕੇ ਇੱਥੇ ਕੰਮ ਕਰਦੇ? ਦੇਖੋ ਜੀ, ਪਹਿਲ ਦੇ ਆਧਾਰ 'ਤੇ ਇਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ ਨੇੜਲੇ ਡੀਪੂਆਂ ਦੇ, ਜਿੱਥੇ ਆਪਣੇ ਪਰਿਵਾਰ ਦੇ ਵਿੱਚ ਰਹਿ ਸਕਣ,
उन्ने थोड़े पैसों से अपना घर का गुजारा कर सकन। तो दूजा जिथे रैसट रूम जे नहीं भी तो इन्हों रैसट रूम प्रोवाइड करवाए जान, वधिया कंटीन हो ते अपने तरीके ना अपना टब्बर पाल सकन। डॉक्टर स्मृति ये हमने साढ़े को पेशेंट आए ने शमशेर सिंह सन ऑफ पूरन सिंह रेजिडेंस ऑफ मोगा हूँ पी टी पी आर टी सी बस चलाते हैं तो इतने रह रहे हैं तो रात को कह रहे कि कोई मैनू बंदे पै गए थे उस दौरान उन्होंने सट लगी है सट लैफ्ट रिस्ट से थोड़ा जहा है बोन इन्हें।